ਹਰ ਹਰ ਮਹਾਦੇਵ, ਹਰ ਹਰ ਮਹਾਦੇਵ, ਬਰਖਾਨੀ ਬਾਬਾ ਕੀ ਜੈ, ਬਰਖਾਨੀ ਬਾਬਾ ਕੀ ਜੈ, ਸ੍ਰੀ ਅਮਰਨਾਥ ਸਵਾਮੀ ਕੀ ਜੈ, ਹਰ ਹਰ ਮਹਾਦੇਵ, ਕਰੋ ਵੀਰ ਬਜੰਗੀ, ਹਰ ਹਰ ਮਹਾਦੇਵ, ਹਰ ਸ਼ੰਕਰ ਭਗਵਾਨ ਕੀ ਜੈ, ਜੈ ਕਰੇ ਵੀਰ ਬਜਰੰਗੇ, ਹਰ ਹਰ ਮਹਾਦੇਵ, ਜੈ ਕਰੇ ਵੀਰ ਬਜਰੰਗੇ, ਹਰ ਹਰ ਮਹਾਦੇਵ, ਧਰਮਪਾਲ ਸ਼ਰਮਾ ਜੀ ਤੇ ਸਰ ਕੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਜੀ ਮਤਲਬ ਅੰਮ੍ਰਿਤਸਰ ਟੀਮ ਨੇ ਬੜਾ ਆਪਣਾ ਤਨ ਮਨ ਨਾਲ ਜੀ ਸਾਨੂੰ ਸਹਿਯੋਗ ਦਿੱਤਾ ਜੀ। ਅਸੀਂ ਹਰ ਹਰ ਮਹਾਦੇਵ ਸੇਵਾ ਦਲ ਬੁਢਲਾਡਾ ਵੱਲੋਂ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। 26 ਸਾਲ ਤੋਂ ਨਿਰੰਤਰ ਭੰਡਾਰਾ ਚੱਲ ਰਿਹਾ ਜੀ ਸ਼੍ਰੀ ਪਵਿੱਤਰ ਅਮਰਨਾਥ ਗੁਫਾ 'ਤੇ। ਸੋ ਸਾਰੇ ਇਹਨਾਂ ਭਗਤਾਂ 'ਤੇ ਮਹਾਦੇਵ ਆਪਣਾ ਪਿਆਰ ਭਰਿਆ ਹੱਥ ਰੱਖਣ ਜੀ, ਇਹੀ ਉਮੀਦ ਕਰਦਾ ਜੀ। ਅੰਬਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅੰਬਰਸਰ ਵਾਸੀਆਂ? ਇਹਨਾਂ ਦਾ ਬੜਾ ਸਹਿਯੋਗ ਹੈ ਜੀ, ਹਰ ਸਾਲ ਇਹ ਮਤਲਬ ਸਾਨੂੰ ਚੰਦਾ ਦਿੰਦੇ ਆ ਜੀ, ਬੜਾ ਸਮੱਗਰੀ ਦਿੰਦੇ ਆ ਜੀ। ਸੋ ਪਰਮਾਤਮਾ ਕਰੇ ਵੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ, ਇੱਦਾਂ ਹੀ ਇਹ ਸਾਡੀ ਸੰਸਥਾ ਨਾਲ ਜੁੜੇ ਰਹੇ। ਹਾਂਜੀ, ਮੇਰਾ ਨਾਮ ਅਮਿਤ ਅਬਰੋਲ ਹੈ ਜੀ। ਅੱਜ ਜਿਹੜਾ ਵਾ ਸ਼੍ਰੀ ਹਰ ਹਰ ਮਹਾਦੇਵ ਸੇਵਾ ਦਰ ਬੁਢਲਾਡਾ ਸ਼ਾਖਾ ਅੰਮ੍ਰਿਤਸਰ ਵੱਲੋਂ ਬਾਬਾ ਬਰਫਾਨੀ ਜਿਹੜੀ ਯਾਤਰਾ ਅਮਰਨਾਥ ਜੀ ਦੀ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ, ਉਸ ਯਾਤਰਾ ਦੇ ਬਾਲਟਲ ਭਗਤਾਂ ਲਈ ਰਾਸ਼ਨ ਸਮੱਗਰੀ ਜਿਹੜੀ ਹੈ ਸਾਡੇ ਬੁਢਲਾਡੇ ਤੋਂ ਸਾਡੇ ਪ੍ਰਧਾਨ ਜੀ ਬੰਟੀ ਜੀ ਔਰ ਧਰਮਪਾਲ ਜੀ ਜਿਹੜੇ ਅੱਜ ਇੱਥੇ ਸਾਡੇ ਕੋਲ ਆਏ ਨੇ, ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ। ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਵੀ ਜਿਹੜਾ ਵਾ ਅੰਮ੍ਰਿਤਸਰ ਤੋਂ ਬ੍ਰਾਂਚ ਤੋਂ ਜਿਹੜਾ ਧੰਨ ਆਪਾਂ ਸਮੱਗਰੀ ਜਿਹੜੀ ਇਕੱਠੀ ਕੀਤੀ ਹੈ ਇਹਨਾਂ ਨੂੰ ਬਾਬੇ ਚਰਨਾਂ ਭੇਟ ਕਰ ਰਹੇ ਨੇ, ਔਰ ਮੇਰੇ ਸਾਥੀ ਜਿਹੜੇ ਗੋਬਿੰਦ ਸ਼ਰਮਾ ਜੀ, ਮਨੀਸ਼ ਮਹਾਜਨ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਸਮੱਗਰੀ ਜਿਹੜੀ ਹੈ 13 ਤਰੀਕ ਕੱਲ੍ਹ ਸਵੇਰੇ ਅੱਜ ਗੱਡੀ ਲੋਡ ਹੋ ਚੁੱਕੀ ਹੈ, ਸਵੇਰੇ ਬਾਲਟਲ ਅਮਰਨਾਥ ਗੁਫਾ ਲਈ ਕੱਲ੍ਹ ਉੱਥੇ ਰਵਾਨਾ ਹੋਏਗੀ। ਔਰ ਸਾਰਿਆਂ ਹੀ ਭਗਤਾਂ 'ਚ ਇਸ ਵਾਰ ਇੰਨਾ ਕੁ ਉਤਸ਼ਾਹ ਹੈ ਕਿ ਯਾਤਰਾ ਜਿਹੜੀ ਅਮਰਨਾਥ ਦੀ ਬਰਫਾਨੀ ਬਾਬਾ ਜੀ ਦੀ ਹੈ ਇਸ ਵਾਰ ਬਹੁਤ ਹੀ ਜ਼ਿਆਦਾ ਯਾਤਰਾ ਜਿਹੜੀ ਭਗਤਾਂ ਦੇ ਨਾਲ ਜਾ ਰਹੀ ਹੈ, ਔਰ ਸਾਰਿਆਂ ਭਗਤਾਂ ਲਈ ਜਿਹੜੀ ਰਾਸ਼ਨ ਸਮੱਗਰੀ ਦਾ ਜਿਹੜਾ ਹਰ ਹਰ ਮਹਾਦੇਵ ਸੇਵਾ ਦਲ ਵੱਲੋਂ ਹੈ ਉੱਥੇ ਭਗਤਾਂ ਦੀ ਰਾਸ਼ਨ ਸਮੱਗਰੀ ਦਾ ਸਾਰਾ ਪ੍ਰਬੰਧ ਕੀਤਾ ਜਾਏਗਾ। ਔਰ ਇੰਨਾ ਹੀ ਕਹਿਣਾ ਚਾਹੁੰਦਾ ਹਾਂ, ਮੇਰੇ ਨਾਲ ਬੰਟੀ ਜੀ ਹੈ, ਤੁਹਾਨੂੰ ਹੈ ਸਾਡੀ ਇਹ ਜੀ 26ਵਾਂ ਜਿਹੜਾ ਵਿਸ਼ਾਲ ਭੰਡਾਰਾ 26 ਸਾਲ ਤੋਂ ਜਿਹੜਾ ਇਸ ਬਾਬਾ ਅਮਰਨਾਥ ਦੇ ਗੁਫਾ 'ਤੇ ਭੰਡਾਰਾ ਲੱਗਦਾ ਆ ਰਿਹਾ, ਔਰ ਸਾਰੇ ਸ਼ਿਵ ਭਗਤਾਂ ਦੇ ਜਿਹੜੇ ਸਹਿਯੋਗ ਦੇ ਨਾਲ ਲੱਗਦਾ ਆ ਰਿਹਾ। ਸਰ ਮੇਰਾ ਨਾਮ ਰਾਹੁਲ ਸ਼ਰਮਾ ਜੀ, ਸਾਰੇ ਅੰਮ੍ਰਿਤਸਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਪਿਆਰ ਭਰੀ ਹਰ ਹਰ ਮਹਾਦੇਵ। ਇਸ ਵਾਰੀ 2024 ਦੇ ਵਿੱਚ ਜਿਹੜੀ 29 ਜੂਨ ਨੂੰ ਯਾਤਰਾ ਸ਼ੁਰੂ ਹੋ ਰਹੀ ਹੈ ਜੀ, ਔਰ ਇਸ ਸੰਬੰਧ ਵਿੱਚ ਅੱਜ ਅਸੀਂ ਸਾਰਿਆਂ ਨੇ ਅੰਮ੍ਰਿਤਸਰ ਬ੍ਰਾਂਚ ਵਾਲੇ ਇਕੱਠੇ ਹੋਏ ਹਾਂ, ਅਤੇ ਜੋ ਕਿ ਉਹਨਾਂ ਬਾਲਟਾਂ ਨੂੰ ਲੰਗਰ ਦੀ ਰਾਸ਼ਨ ਦੀ ਸਾਰੀ ਸਮੱਗਰੀ ਜਾ ਰਹੀ ਹੈ ਜੀ। ਅਤੇ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਹੈ ਜੀ, ਸਾਰੇ ਹੁੰਮ ਹੁਮਾ ਕੇ ਪਹੁੰਚੋ, ਬਾਬਾ ਜੀ ਦੇ ਦਰਸ਼ਨ ਕਰੋ, ਅਤੇ ਜੋ ਉੱਥੋਂ ਦੀ ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਵਾਰੀ ਜੋ ਮਾਤਾ ਵੈਸ਼ਨੋ ਦੇਵੀ ਦੇ ਉੱਥੇ ਜੋ ਹੋਇਆ ਪਿਛਲੇ 2-4 ਦਿਨਾਂ ਤੋਂ, ਉੱਥੋਂ ਦੀ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਕਿ ਜਿਹੜਾ ਕਿ ਆਪਣੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਦਿੱਕਤ ਨਾ ਆਵੇ। ਹਰ ਹਰ ਮਹਾਦੇਵ। ਮੈਂ ਜੀ ਪਿਛਲੇ 2 ਸਾਲਾਂ ਤੋਂ ਇਹਨਾਂ ਲੰਗਰ ਵਾਲਿਆਂ ਨਾਲ ਜੁੜਿਆ, ਵੈਸੇ ਤਾਂ ਇਹ 26ਵਾਂ ਵਿਸ਼ਾਲ ਭੰਡਾਰਾ, 1998 ਤੋਂ ਇਹ ਸੇਵਾ ਚੱਲਦੀ ਆ ਰਹੀ ਹੈ, ਅਤੇ ਜਿੰਨੀ ਸਾਡੇ ਬਾਬੇ ਨੇ ਕਰਮਾ ਲਿਖੀ ਅਸੀਂ ਵੀ ਉਹਨਾਂ 'ਚ ਡਟ ਕੇ ਪੂਰੀ ਸੇਵਾ ਕਰਾਂਗੇ ਜੀ।